ਸਤ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਨੇ ਮਿੱਤਰੋ ਸਾਰਿਆਂ ਦੇ ਸੋ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਸੀਜ਼ਨ ਕਾ ਦਾ ਹੁਣ ਤੁਹਾਨੂੰ ਮੈਂ ਦੱਸਦਾ ਆਪਣੇ ਘੋੜਿਆਂ ਦਾ ਸੀਜ਼ਨ ਆ ਸੋ ਵੀਡੀਓਗ੍ਰਾਫੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਮਿੱਤਰੋ ਠੰਡ ਬਾਗੀ ਤੇ ਚਲੀ ਗਈ ਠੰਡ ਤੇ ਗਰਮੀ ਨੇ ਦਸਤਕ ਦੇ ਦਿੱਤੀ ਮਿੱਤਰੋ ਤੇ ਆਪਣੀ ਆਪਣੇ ਕੰਮ ਨਜ਼ਾਰੇ 'ਚ ਨੇ ਕਿਵੇਂ ਨੇ ਮੈਂ ਤੁਹਾਨੂੰ ਦੱਸਦਾ ਤੇ ਹੁਣ ਆਪਣਾ ਵੀਡੀਓ ਦਾ ਕੰਮ ਚੰਗਾ ਚੱਲਣ ਵਾਲਾ ਹੈ ਕਿਉਂਕਿ ਮੌਸਮ ਬਹੁਤ ਸੋਹਣਾ ਹੋ ਗਿਆ ਤੇ ਧੁੱਪਾਂ ਖੜਦੀਆਂ ਦਿਨ ਵਧੀਆ ਲੱਗਦਾ ਹੈਗਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਸਜਣੋ ਅੱਜ ਆਪਾਂ ਪਹਿਲੀ ਸੀਜ਼ਨ ਦੀ ਵੀਡੀਓ ਕੀਤੀ ਆ ਸੋ ਵੀਡੀਓ ਵੀ ਕੀਤੀ ਆ ਤੇ ਸਟਾਲੀਅਨ ਵੀ ਯਾਰ ਜਮਾ ਸਰੇ ਦਾ ਤੇ ਲਓ ਜੀ ਮਿੱਤਰੋ ਸਟਾਲੀਅਨ ਬਾਰੇ ਆਪਾਂ ਗੱਲਬਾਤ ਕਰਦੇ ਆ ਮਿੱਤਰੋ ਕਿੱਥੇ ਆ ਕਿਹੜੇ ਬਲੱਡ ਲਾਈਨ ਦਾ ਤੇ ਕੀ ਉਮਰ ਆ ਬੱਚੇ ਦੀ ਕੀ ਕੱਦ ਘਾਟਾ ਕੀ ਇਹਦਾ ਰਿਕਾਰਡ ਆ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਲੋ ਇਸਟਾਲੀਅਨ ਦਾ ਨਾਮ ਹੈ ਘੋੜੇ ਦਾ ਨਾਮ ਹੈ ਸ਼ੇਰ ਹੰਸ ਤੇ ਮਿੱਤਰੋ ਸ਼ੇਰ ਹੰਸ ਜਿਹਹਾ ਜ ਨਾਮ ਹੈ ਉਹ ਜਿਹੇ ਦਾ ਰਤਬਾ ਉਹ ਜਿਹੇ ਦਾ ਕਿਰਦਾਰ ਹੈ ਤੇ ਸੱਜਣੋ ਸੁਣੋ ਉਮਰ ਦੀ ਡਿਟੇਲ ਤੇ ਕਿਹਦਾ ਬੱਚਾ ਹੈ ਵੀ ਦੱਸ ਦਿਆਂ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਜੀ ਦਲਸ਼ੇਰ ਕਾਕੀ ਦਾ ਬੱਚਾ ਹੈ ਜੋ ਆਪਣੇ ਕੜੈਲ ਪਲਵਾਨਾਂ ਦੇ ਸਟੱਡ ਫਾਰਮ ਦੇ ਵਿੱਚ ਦਲਸ਼ੇਰ ਕਾਕੀ ਘੋੜਾ ਸੀ ਜੋ ਕਿ ਹੁਣ ਸਵਰਗਵਾਸ ਹੋ ਚੁੱਕਿਆ ਹੈਗਾ ਤੇ ਉਸ ਘੋੜੇ ਦਾ ਬੱਚਾ ਹੈ ਤੇ ਕੱਦ ਹੈਗਾ ਮਿੱਤਰੋ ਇਹਦਾ 64+ ਤੇ ਉਮਰ ਹੈਗੀ ਇਹਦੀ 38 ਮਹੀਨੇ 6 ਅੰਸ਼ੇ ਦਾ ਨਾਮ ਹੈ ਦਿਲਸ਼ੇਰ ਕਾਕੀ ਦਾ ਬੱਚਾ ਤੇ 64 ਪਲੱਸ ਕਰਦਾ ਸੱਜਣੋ ਤੇ ਮੀਟਿੰਗ ਸਰਵਿਸ ਲਈ ਓਪਨ ਕੀਤਾ ਹੋਇਆ ਮਾਲਕਾਂ ਨੇ ਹੁਣੇ ਕਿੱਥੇ ਖੜਾ ਹੈ ਉਹ ਵੀ ਸੁਣ ਲਓ ਇਹ ਹੈਗਾ ਜੀ ਚੱਕ ਭਾਈਕੇ ਪਿੰਡ ਤੇ ਭਲਾਡੇ ਦੇ ਕੋਲ ਜਿਵੇਂ ਮਾਨਸਾ ਜ਼ਿਲ੍ਹਾ ਜਿਹੜਾ ਭਲਾਡੇ ਸ਼ਹਿਰ ਦੇ ਕੋਲ ਬਿਲਕੁਲ 2 2.5 ਕਿਲੋਮੀਟਰ ਦੀ ਏਰੀਏ ਦੇ ਵਿੱਚ ਹੈ ਚੱਕ ਭਾਈਕੇ ਪਿੰਡ ਹੈਗਾ ਮਾਨਸਾ ਜ਼ਿਲ੍ਹੇ ਦਾ ਉੱਥੇ ਹੈ ਹੀ ਆਪਣੇ ਅੰਕਲ ਬਹੁਤ ਹੀ ਸਤਿਕਾਰਯੋਗ ਕਰਮਜੀਤ ਸਿੰਘ ਜੀ ਅੰਕਲ ਜੀ ਹੋਰਾਂ ਦੇ ਘਰੇ ਘਰੇ ਆਂ ਅੰਕਲ ਹੋਰੇ ਹੋਰ ਜਾਨਵਰਾਂ ਦਾ ਸਿਲਪਰ ਚੀਜ਼ ਵੀ ਕਰਦੇ ਆ ਤੇ ਇਸ ਘੋੜੇ ਦੇ ਬੱਚੇ ਵੀ ਕਾਫੀ ਆ ਚੁੱਕੇ ਆ ਮੇਥਰੋ ਸੰਪਰਕ ਕਰਿਓ ਮੀਟਿੰਗ ਸਰਵਿਸ ਲਈ 21020